हुए भी कहाँ जो है इनके इर्द गिर्द बैठे माशाल्लाह जी ज़ियारत करें आप सब। मैं इस वक्त मौजूद हूँ हज़रत करम इलाही महबूब इलाही कलंदर रहमतुल्लाह और कामा वाली सरकार गुजरात में, तो मज़ार शरीफ के अंदर दाखिल होते हैं और आपको दिखाते हैं। ये रोज़ा इस का अंदरूनी हाल है माशाल्लाह। ये बाहर ये कब्रें हैं जो दो लग रही हैं। ये मज़ार शरीफ का माशाल्लाह अंदरूनी मंजर है। ये बुजुर्गों की कब्रें माशाल्लाह। न तख्त व ताज में न लश्कर व सिपा में है, जो बात मर्द कलंदर की बारगाह में। यहाँ पे उर्स मुबारक जो है सावन की पहली इतवार को, हर सावन की पहली इतवार को मज़ार अकदस पे उर्स मुबारक कामा वाली सरकार साहब का किया जाता है। और ये गुजरात यकीन जाने वाकई ये छोटा मदीनातुल औलिया है, बड़ा जो है वो मुल्तान है। और गुजरात में आपको हर 2-3 किलोमीटर के बाद किसी हस्ती का मज़ार जो है वो नज़र आ जाता है। हर चीज़ जो है इस रोज़े की इतनी नफासत से और कमाल से बनी है कि ये पूरा शीशे का काम है। और आप देख सकते हैं दुनिया से जहाँ भी देख रहे हैं, अपनी फीडबैक ज़रूर दें। बहुत ही कमाल और माशाल्लाह खूबसूरत मज़ार शरीफ है जी। अच्छा जी ठीक। जब बाबा जी के बारे में कितों तमीर किया इन्होंने? इस सरकार का मज़ार पहले तो दूसरा सी शहीद करके फिर नवा बने, 3 साल हो गए। 3 साल हो गए मुकम्मल तैयारी। तो कितने सालों के बीच साईं जी की तैयारी हुई? 4 साल की तैयारी हुई। 4 साल के अंदर ना इस मज़ार शरीफ में यह तुम देख सकते हो पिछे ना मज़ार का गुंबद भी माशाल्लाह नज़र आ रहा है। और उपर पूरा जड़ा है ना ये ईरानी तर्ज तमीर है साईं जी। ऐसा डिजाइन नक्शा जनाब बड़ी मेहनत की गई है।
ਇਹ ਕੁਝ ਬਾਹਰੋਂ ਨਕਸ਼ੇ ਮੰਗਵਾ ਕੇ ਤੇ ਉਹਨਾਂ ਵਿੱਚ ਤਰਮੀਮ ਕਰਕੇ ਤੇ ਫਿਰ ਨਕਸ਼ਾ ਤਿਆਰ। ਬਿਲਕੁਲ ਠੀਕ, ਮਤਲਬ ਉਹਦੀ ਅਮੈਂਡਮੈਂਟ ਕੀਤੀ ਤੁਸੀਂ ਨਕਸ਼ਿਆਂ ਦੇ ਵਿੱਚ ਜਿਹੜਾ, ਔਰ ਮੈਂ ਜਿੰਨੇ ਵੀ ਮਜ਼ਾਰ ਸ਼ਰੀਫਾਂ ਦੇ ਉੱਤੇ ਗਿਆ ਨਾ, ਜਿਹੜੀ ਡਿਜ਼ਾਇਨਿੰਗ ਦੇ ਤੌਰ 'ਤੇ ਜਿਹੜਾ ਨਕਸ਼ਾ ਨਗਾ ਰਹੇ ਨੇ, ਉਹਦੇ ਵਿੱਚ ਵਨ ਆਫ ਦੈਮ ਜਿਹੜਾ ਨੇ ਕਹਿ ਲਓ ਕਿ ਮੁਬਾਲਗਾ ਨਹੀਂ ਕਰ ਰਿਹਾ ਕਿ ਮੈਂ ਪਾਕਿਸਤਾਨ ਦੇ ਬਹੁਤ ਜ਼ਿਆਦਾ ਮਜ਼ਾਰਾਂ 'ਤੇ ਗਿਆ, ਜਿਹੜਾ ਤੁਸੀਂ ਇੱਥੇ ਬਣਾਇਆ ਨਾ ਯਕੀਨ ਜਾਣੋ ਕਿ ਬਹੁਤ ਕਮਾਲ। ਅਸੀਂ ਅਤੇ ਬਾਬਾ ਜੀ ਦੇ ਬਾਰੇ ਥੋੜ੍ਹਾ ਜਿਹਾ ਕੋਈ ਉਹਨਾਂ ਦੀ ਕੋਈ ਕੋਈ ਗੱਲ ਕੋਈ ਸੁਣਨ ਵਾਲਿਆਂ ਤੱਕ ਪਹੁੰਚ ਸਕੇ, ਕੋਈ ਪੈਗਾਮ ਜਿਹੜਾ ਉਹਨਾਂ ਇਨਸਾਨੀਅਤ ਦੀ, ਕਿਉਂਕਿ ਇਹਨਾਂ ਨੇ ਖਿਦਮਤ ਕੀਤੀ ਇਨਸਾਨੀਅਤ ਦੀ, ਤਾਂ ਅੱਜ ਇਹਨਾਂ ਦੇ ਕਬਰਾਂ 'ਤੇ ਦੀਵੇ ਬਲ ਗਏ। ਦੇਖੋ ਜੀ, ਇੱਕ ਇਨਸਾਨੀ ਦੀ ਖਿਦਮਤ ਵੀ ਜ਼ਰੂਰੀ ਹੈ, ਇੱਕ ਖੁਦਾ ਨੂੰ ਰਾਜ਼ੀ ਕਰਨਾ ਵੀ ਪੜਾ। ਖੁਦਾ ਨੂੰ ਰਾਜ਼ੀ, ਮਾਸ਼ਾ ਕਿਆ ਬਾਤ, ਅੱਲਾ ਪਾਕ ਨੂੰ ਜਿਹਨੇ ਰਾਜ਼ੀ ਕਰ ਲਿਆ ਤੇ ਅੱਲਾ ਪਾਕ ਉਹਦੇ ਮੱਥੇ ਬੜੇ ਖਜ਼ਾਨੇ ਬੜੀਆਂ ਰਹਿਣ। ਵਾਹ ਵਾਹ, ਸੁਭਾਨ ਅੱਲਾ, ਅੱਲਾ ਨੂੰ ਰਾਜ਼ੀ ਉਹ ਹੀ ਕਰ ਸਕਦਾ ਕਿ ਜਿਹੜਾ ਬੰਦਾ ਅੱਲਾ ਨਾਲ ਪਿਆਰ, ਕਿਆ ਬਾਤ, ਅੱਲਾ ਦੀ ਰਾਹ 'ਚ ਅੱਲਾ ਦੀ ਰਜ਼ਾ 'ਤੇ ਚੱਲੇ। ਓ ਅੱਲਾ, ਸਰਕਾਰ ਦੇ ਜਿਹੜੇ ਨਾ ਸਰਕਾਰ ਇੱਥੇ ਆਪਣੇ ਬੌਜਦਾਦ ਨੇ, ਸਰਕਾਰ ਬੌਜਦਾਦ ਦੀ ਸਰਕਾਰ ਗੁਜਰਾਤ ਦੇ ਨੇ। ਅੱਛਾ, ਮਾਸ਼ਾ, ਸ਼ਹਿਰ ਕਾਣਿਆਂ ਵਾਲਾ ਮਹੱਲ ਹੈ, ਕਾਣਿਆਂ ਵਾਲਾ ਮਹੱਲ ਗੁਜਰਾਤ ਸ਼ਹਿਰ ਦੇ ਵਿੱਚ, ਉੱਥੇ ਸਰਕਾਰ ਦੀ ਪੈਦਾਇਸ਼, ਉੱਥੇ ਪੁਰਾਣੇ ਘਰ ਹੀ ਹੈ ਸਰਕਾਰ ਦੇ ਉੱਥੇ ਸਾਡੇ। ਬਿਲਕੁਲ, ਸਰਕਾਰ ਦੀ ਚੌਥੀ ਪੀੜ੍ਹੀ, ਚੌਥੀ ਪੀੜ੍ਹੀ ਅਤੇ ਸਰਕਾਰ ਦਾ ਜਿਹੜੀ ਬੇਰੀ ਨਾ, ਕਿਉਂਕਿ ਜੀ ਜੀ ਜੰਗਲ ਵੀ ਹੈ ਬਾਂਸ। ਅੱਛਾ, ਇਹ ਬੇਰੀ ਥੱਲੇ ਸਰਕਾਰ ਬੈਠਦੀ, ਬੇਰੀ ਨਜ਼ਰ ਆ ਰਹੀ ਹੈ ਜੀ ਇਹ ਵਾਲੀ ਤਰ੍ਹਾਂ। ਤੇ ਕਾਵਾਂ ਵਾਲੇ ਤੋਂ ਮਸ਼ਹੂਰ ਸਰਕਾਰ ਜਿਹੜੇ ਨੇ ਉਹ ਜਨਾਬ ਅਰਜ਼ ਕਰ ਲਾਂਗਾ ਕਿ ਬੇਰੀ ਥੱਲੇ ਸਰਕਾਰ ਬੈਠਦੇ ਹੁੰਦੇ ਹਨ ਅਤੇ ਇੱਥੇ ਜੰਗਲ ਹੀ ਜੰਗਲ ਸੀ ਸਾਰਾ, ਕੋਈ ਚੀਜ਼ ਨਹੀਂ ਸੀ ਜੀ। ਠੀਕ, ਕਿੱਕਰ ਸਲੂਟ ਵਗੈਰਾ ਜੰਗਲ, ਕੋਈ ਬੰਦਾ ਡਰਦਾ ਇੱਧਰ ਨਹੀਂ ਸੀ ਆ। ਉਹ ਸਰਕਾਰ ਦੇ ਇੱਥੇ ਬਹਿਣ ਨਾਲ ਨਾ ਫਿਰ ਜਗ੍ਹਾ ਨੂੰ ਕਿਹਾ ਜਾਂਦਾ ਸੀ ਬਾਬਾ ਜੀ ਦੀ ਝੰਗੀ। ਠੀਕ ਹੈ, ਇਹ ਬਾਬਾ ਜੀ ਦੀ ਝੰਗੀ, ਬਾਬਾ ਜੀ ਦੀ ਝੰਗੀ, ਝੰਗੀ ਜਾਣਾ ਸਰ। ਬਿਲਕੁਲ ਠੀਕ, ਉਹ ਸਰਕਾਰ ਜਿਹੜੇ ਕਾਂ ਇੱਥੇ ਬੈਠਦੇ ਹਨ ਅਤੇ ਸਾਰੇ ਕਾਂ ਜਿਹੜੇ ਦਰਖਤ ਦੇ ਉੱਤੇ ਬੈਠ ਜਾਣੇ, ਸਰਕਾਰ ਦੇ ਗੋਡਿਆਂ ਅਤੇ ਮੋਢਿਆਂ ਅਤੇ ਸਿਰ ਸਾਰੇ ਕਾਂ ਬੈਠ ਜਾਣੇ, ਜੋ ਨਜ਼ਰ ਨਿਆਜ਼ ਆਉਣੀ ਲੱਗਾ ਹੋਣਾ ਕਾਵਾਂ ਨੂੰ, ਇਹਦੇ ਨਾਲ ਖਾਣਾ ਹੋਣਾ। ਉਹ ਕਿਸੇ ਬੰਦੇ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਨਾ ਸੀ, ਉਸ ਵਕਤ 'ਚ ਵੀ ਕਿਸੇ ਬੰਦੇ ਸਵਾਲ ਕੀਤਾ ਸੀ ਕਿ ਸਰਕਾਰ ਤੁਹਾਡਾ ਇੰਨਾ ਲਗਾਓ ਕਾਵਾਂ ਨਾਲ, ਜੋ ਨਜ਼ਰ ਨਿਆਜ਼ ਕਾਵਾਂ ਨੂੰ ਖਵਾ ਦੇਣੀ, ਜਿੱਧਰ ਤੁਸੀਂ ਪੈਦਲ ਜਾਂਦੇ ਉੱਥੇ ਡਰ ਕਾਵਾਂ ਦੀ ਜਾਂਦੀ ਹੈ, ਇਹਨਾਂ ਕਾਵਾਂ ਨਾਲ ਪੈਰ ਇਹਨੇ ਤੁਹਾਡੇ ਨਾਲ ਕਲੋਜ਼ ਨੇ ਕਿ ਇਨਸਾਨ ਦੂਰੋਂ ਇਹਨਾਂ ਨੂੰ ਇਸ਼ਾਰਾ ਕਰੇ ਉੱਡ ਜਾਂਦੇ ਨੇ ਅਤੇ ਤੁਹਾਡੇ ਇਹਨਾਂ ਦੇ ਕਲੋਜ਼ ਪਿਆਰ ਅਤੇ ਤੁਹਾਡੇ ਗੋਡਿਆਂ ਮੋਢੇ ਤੁਸੀਂ ਬੈਠ ਗਏ ਜੀ ਜੀ, ਇਹਦਾ ਰਾਜ ਕੀ ਹੈ। ਸੋ ਸਰਕਾਰ ਨੇ ਫਰਮਾਇਆ ਸੀ ਕਿ ਕਾਂ ਦੀ ਉਮਰ ਬਹੁਤ ਜ਼ਿਆਦਾ, ਲੰਬੀ ਉਮਰ ਹੈ ਕਾਂ, 1200 ਸਾਲ ਵੀ ਇਹਦੀ ਕਾਂ ਦੀ। ਵਾਹ ਵਾਹ, ਇਹ ਤਾਂ ਸਾਇੰਸ ਨੇ ਸਾਬਤ ਕਰ ਦਿੱਤਾ ਨਾ, ਰਿਵਾਇਤ ਬਣਾਉਂਦਾ ਜੀ ਦੀ। ਅਤੇ ਕਾਂ ਜਿਹੜੇ ਨੇ ਸਰਕਾਰ ਦਾ ਦੇਖੋ ਕਿ ਮੈਂ ਇਹਨਾਂ ਨੇ ਤਾਂ ਪਿਆਰ ਕਰਨਾ ਕਿ ਇਹਦੀ ਉਮਰ ਬਹੁਤ ਜ਼ਿਆਦਾ, ਅਤੇ ਇੱਕ ਮੈਂ ਇਸ ਆਸ਼ਕੇ ਰਸੂਲ ਹਾਂ, ਮੈਂ ਇਸ ਨਸਬਤ ਨਾਲ ਕਾਵਾਂ ਨਾਲ ਪਿਆਰ ਕਰਨਾ ਕਿ ਹੋ ਸਕਦਾ ਕਿ ਜਿੰਨੀ ਇਹਦੀ ਉਮਰ ਹੈ ਕਾਂ ਦੀ, ਕੁਛ ਹਜ਼ੂਰ ਨਬੀ ਕਰੀਮ ਸੱਲ੍ਹਾ ਸਲਮ ਦੇ ਵਕਤ ਦਾ ਕੋਈ ਕਾਂ ਹੋਵੇ ਅਤੇ ਮੇਰੀ ਇਹਦੇ ਨਾਲ ਆਖਰ ਨਾ। ਸੁਭਾਨ ਅੱਲਾਹ, ਕਿਆ ਬਾਤ, ਕਿਆ ਬਾਤ, ਉਸ ਵਜ੍ਹਾ ਤੋਂ ਸਰਕਾਰ ਦਾ ਜਿਹੜਾ ਨਾਂ ਹੈ ਨਾ ਉਹ ਕਾਵਾਂ ਵਾਲੀ ਸਰਕਾਰ ਜਿਹੜਾ ਹੈ ਨਾ, ਔਰ ਅਸਲੀ ਨਾਂ ਦਾ ਕਰਮ ਲਾਈ, ਅਸੀਂ ਨਾਮ ਕਰਮ ਲਾਈਏ ਅਲ ਮਰੂਫ ਬਾਬਾ ਕਾਵਾਂ ਵਾਲੀ ਸਰਕਾਰ, ਕਿਉਂਕਿ ਕਾਵਾਂ ਦੇ ਨਾਲ ਕਰਮ ਲਾਈ ਤੂੰ ਜਿਹੜੇ ਬੰਦੇ ਘੱਟ ਪਹਿਚਾਣ ਕਾਵਾਂ ਵਾਲੀ ਸਰਕਾਰ ਜਿਸ ਨਾਲ ਉਹ ਸਰਕਾਰ। ਕਿਆ ਬਾਤ, ਤੇ ਸਾਈਂ ਜੀ ਥੋੜਾ ਮਜ਼ਾਰ ਦੇ ਅੰਦਰੋਂ ਥੋੜਾ ਜਿਹੜੇ ਮਿਸਤਰੀ ਕਾਰੀਗਰ ਲੱਗੇ ਸਨ ਇਹ ਸਾਰੇ ਤੁਹਾਡੇ ਲੋਕਲ ਇੱਥੇ ਦੇ ਲੱਗੇ ਹੋਏ ਸਨ ਜੀ ਜੀ, ਸ਼ੀਸ਼ਾ ਜਿਹਨਾਂ ਨੂੰ ਲੱਗਾ ਇਹ ਮੁਲਤਾਨੀ, ਇਹ ਬੰਦੇ ਮੁਲਤਾਨ ਤੋਂ ਆਏ,
ਮਾਸ਼ਾ ਸਾਈਂ ਜੀ, ਅਸੀਂ ਤੇ ਮਜ਼ਾਤੇ ਹੋ ਮੈਂ ਆਪਣਾ ਤੁਹਾਨੂੰ ਦੱਸਾਂ ਕਿ ਜਦੋਂ ਵੀ ਕਿਸੇ ਮਜ਼ਾਰ ਤੇ ਗਏ ਹਨ ਤੇ ਜਦੋਂ ਪੈਦਲ ਪਾਕ ਦਾ ਨਾਂ ਦੇਖਿਆ ਨਾ ਤੇ ਸੀਨੇ ਦੇ ਵਿੱਚ ਠੰਡ ਪੈ ਗਈ ਹੈ, ਕਿਉਂਕਿ ਬੁਲਾਇਆ ਤੇ ਇਸ ਘਰ ਤੇ ਮਿਲਣੀ, ਕੋਈ ਵਧੀਆ ਦੁਨੀਆਂ ਤੇ ਐਸਾ ਨਹੀਂ ਹੋ ਸਕਦਾ। ਕਿਆ ਬਾਤ, ਕਿਆ ਬਾਤ! ਸਾਈਂ ਜੀ ਯਕੀਨ ਜਾਣੋ ਕਿ ਇਹ ਜੋ ਅੰਦਰ ਤੁਸੀਂ ਕੀਤਾ ਆਪਣੀ ਕਸੂੜੀ ਇਹਦੀ ਦੇਖਭਾਲ, ਇਹਦਾ ਅਜਰ ਖੁਦਾ ਨਹੀਂ, ਕਿਉਂਕਿ ਤੁਸੀਂ ਆਪਣੇ ਜੱਦ ਦੀ ਜਿਹੜੀ ਹੈ ਨਾ ਮਿਸ਼ਨ ਅੱਗੇ ਲੈ ਕੇ ਚੱਲੇ। ਤੁਸੀਂ ਆਪਣਾ ਮਕਾਨ ਬਣਾਓਗੇ ਨਾ ਤਾਂ ਤੁਹਾਨੂੰ ਬੜੀ ਫਿਕਰ ਹੋਏਗੀ ਕਿ ਇਹ ਵੀ ਹੋਣਾ ਚਾਹੀਦਾ, ਇਹ ਵੀ ਹੋਣਾ ਚਾਹੀਦਾ, ਅੱਛਾ ਹੋ ਰਿਹਾ, ਬੁਰਾ ਹੋ ਰਿਹਾ। ਇਹ ਜਿਹਨਾਂ ਦਾ ਘਰ ਬਣਿਆ ਉਹਨਾਂ ਆਪ ਹੀ ਕਰਵਾਇਆ ਸਾਰਾ। ਕਿਆ ਸਰਕਾਰ ਦਾ ਮਜ਼ਾਰ, ਸਰਕਾਰ ਨੇ ਆਪ ਹੀ ਸਾਡੀ ਤੇ ਡਿਊਟੀ ਹੈ, ਜਿਹੜੇ ਵੀ ਕਰਦੇ ਨੇ ਇੱਥੇ ਕੰਮ ਕਰਦੇ ਨੇ ਡਿਊਟੀ ਕਰਦੇ ਨੇ, ਜਵਾਬ ਹੈ ਸਰਕਾਰ। ਦੇਖਾ ਜੀ, ਸਾਈਂ ਸਾਹਿਬ ਨੇ ਹਮੇਂ ਇਸ ਮਜ਼ਾਰ ਕੀ, ਇਸ ਦਰਸਗਾਹ ਕੀ ਮੁਕੰਮਲ ਤਫਸੀਲ, ਇਨਕਾ ਨਾਮ, ਕਾਮਾ ਵਾਲੀ ਸਰਕਾਰ ਕੈਸੇ ਪੜਾ, ਹਜ਼ੂਰ ਕੇ ਸਾਥ ਉਨਕੀ ਮੁਹੱਬਤ, ਅਹਿਲੇ ਬੈਤ ਇਤਿਹਾਰ ਕੇ ਸਾਥ ਉਨਕੀ ਮੁਹੱਬਤ, ਔਰ ਖੁਦ ਸਾਈਂ ਸਾਹਿਬ ਕੀ ਆਪਣੀ ਅਹਿਲੇ ਬੈਤ ਇਤਿਹਾਰ ਕੇ ਸਾਥ ਮੁਹੱਬਤ ਔਰ ਉਲਫਤ, ਅੱਲਾਹ ਤਾਲਾ ਇਸ ਕੋ ਕਾਇਮ ਉ ਦਾਇਮ ਰੱਖੇ। ਔਰ ਆਪ ਜਬ ਵੀ ਗੁਜਰਾਤ ਮੈਂ ਆਏ ਜਾਂ ਗੁਜਰਾਤ ਸੇ ਆਤੇ ਜਾਤੇ ਇਸ ਕਾਮਾ ਵਾਲੀ ਸਰਕਾਰ ਮਜ਼ਾਰ ਕਾ ਜ਼ਰੂਰ ਵਿਜ਼ਿਟ ਕਰੇ, ਔਰ ਹਮੇ ਆਪਣੀ ਦੁਆਓਂ ਮੈਂ ਯਾਦ ਰੱਖੇ, ਔਰ ਆਪਣੀ ਫੀਡਬੈਕ ਲਾਜ਼ਮੀ ਦੇ ਕਿ ਇਸ ਮਜ਼ਾਰ ਕੇ ਹਵਾਲੇ ਸੇ ਆਪਕੋ ਜੋ ਵੀ ਕਿਸੀ ਵੀ ਕਿਸਮ ਕੀ ਇਨਫੋਰਮੇਸ਼ਨ ਚਾਹੀਏ ਆਪ ਹਮੇ ਫੀਡਬੈਕ ਦੇ। ਹਮ ਸਾਈਂ ਅਖਤਰ ਸਾਹਿਬ ਕੇ ਮੁਲਤਮਿਸ ਹੋਗੇ ਕਿ ਇਹ ਹਮੇ ਦੁਬਾਰਾ ਮੌਕਾ ਦੇ, ਔਰ ਹਮ ਵੋ ਤਫਸੀਲਾਤ ਜੋ ਆਪ ਪੁੱਛਣਾ ਚਾਹਤੇ ਹੈ ਵੋ ਹਮ ਆਪ ਨਾਜ਼ਰੀਨ ਤੱਕ ਪਹੁੰਚਾ ਦੇ। ਅੱਲਾਹ ਤਾਲਾ ਆਪ ਸਭ ਕਾ ਹਾਮੀ ਉ ਨਾਸਰ। ਯੇ ਅਭੀ ਮੈਂ ਆਪਕੋ ਜ਼ਿਆਰਤ ਕਰਵਾ ਰਹਾ ਹੂੰ, ਕਾਂ ਵਾਲੀ ਸਰਕਾਰ ਕੀ ਬੈਠੇ, ਯਹਾਂ ਪੇ ਸਰਕਾਰ ਬੈਠਾ ਕਰਤੇ ਥੇ, ਤਸ਼ਰੀਫ ਇਧਰ ਚਿਲਾ ਇਧਰ ਕਰਤੇ ਥੇ ਸਾਰੇ, ਯੇ ਮੁਸੱਲਾ ਉਨਕਾ, ਯੇ ਪੈਦਲ ਪਾਕ ਕੇ ਨਾਮ, ਯੇ ਸਾਈਂ ਜੀ ਕਾ ਨਾਮ ਇਧਰ, ਮਾਸ਼ਾਅੱਲਾ। ਯੇ ਸਰਕਾਰ ਕੀ ਇਸਤੇਮਾਲ ਕੀ ਚੀਜ਼ੇ ਹੈਂ, ਚਰਖਾ ਤੀਨ ਚਰਹੇ ਹੈ ਜੀ, ਮਾਸ਼ਾਅੱਲਾ ਤੀਨ ਚਰਹੇ, ਉਨਕਾ ਹੁੱਕਾ, ਅੱਛਾ ਅੱਛਾ, ਕਾਨੂੰ ਕੀ ਤਸਵੀ, ਸਾਰੀ ਯੇ ਵੀ ਚਾਹੀਏ। ਯੇ ਜੋ ਉਸ ਵਕਤ ਜੋ ਬੈਲ ਹੋਤੇ ਥੇ ਨਾ, ਜੀ ਜੀ, ਬਿਲਕੁਲ, ਯੇ ਉਨਕੀ ਜਿਤਨੀ ਵੀ ਇਸਤੇਮਾਲ ਕੀ ਚੀਜ਼ੇ ਥੀ, ਯੇ ਸਾਈਂ ਸਾਹਿਬ ਕੀ ਮਿਹਨਤ ਹੈ, ਇਹਨੇ ਇਨਕੋ ਅਭੀ ਮਹਿਫੂਜ਼ ਕੀਆ ਹੁਆ ਹੈ। ਯੇ ਸਰਕਾਰ ਕੀ ਫੋਟੋ ਹੈ, ਯੇ ਫੋਟੋ ਹਿਆਲੀ ਬਣੀ ਹੋਈ ਹੈ, ਅੱਛਾ, ਯੇ ਫੋਟੋ, ਯੇ ਕਾਂ ਵਾਲੀ ਸਰਕਾਰ ਕੀ ਜੋ ਯੇ ਫੋਟੋ ਮੈਂ ਆਪਕੋ ਦਿਖਾ ਰਹਾ ਹੂੰ, ਯੇ ਓਰਿਜਨਲ ਫੋਟੋ ਹੈ, ਔਰ ਆਪ ਦੇਖ ਸਕਤੇ ਹੈ ਕਿ, ਔਰ ਯੇ ਇਸਕੇ ਬਿਲਕੁਲ ਹੀ ਸਾਥ ਦੂਸਰੀ ਸਾਈਡ ਪੇ ਇੱਕ ਕੂਆਂ ਹੈ, ਜਹਾਂ ਸੇ ਸਰਕਾਰ ਉਸ ਕੂਏ ਕਾ ਪਾਣੀ ਆਪਣੀ ਸਾਰੀ ਜ਼ਮੀਨੋਂ ਕੋ ਲਗਾਤੇ ਰਹੇ, ਐਸੇ ਦੂਧ ਚਲਾ ਸਕਦੇ, ਔਰ ਉਸ ਕੂਏ ਸੇ ਸਰਕਾਰ ਨੇ ਆਪਣੇ ਮੌਜ਼ੇ ਖੁਦਾਬੰਦੀ ਸੇ ਦੂਧ ਵੀ ਚਲਾਇਆ, ਸਾਈਂ ਸਾਹਿਬ ਕੇ ਬਕੋਲ।